ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਸਸਪੈਂਡ ਆਈ ਜੀ ਪਰਮਰਾਜ ਸਿੰਘ ਉਮਰਾ ਨੰਗਲ ਦਾ ਪਹਿਲਾ ਬਿਆਨ ਸਾਹਮਣੇ ਆਇਆ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਉਮਰਾ ਨੰਗਲ ਨੇ ਆਖਿਆ ਕਿ ਉਸ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਸਿੱਧ ਦੇ ਉਮਰਾ ਨੰਗਲ ਨੂੰ ਕੋਟਕੁਪਰਾ ਗੋਲੀਕਾਂਡ ਵਿੱਚ ਮੁਲਜ਼ਮ ਬਣਾਇਆ। ਇਸ ਮਾਮਲੇ ਵਿੱਚ 18 ਫਰਵਰੀ ਉਸਦੀ ਗ੍ਰਿਫਤਾਰੀ ਹੋਈ ਸੀ, ਜਿਸ ਤੋਂ ਬਾਅਦ 11 ਮਾਰਚ ਨੂੰ ਫਰੀਦਕੋਟ ਅਦਾਲਤ ਤੋਂ ਜ਼ਮਾਨਤ ਮਿਲੀ ਸੀ। ਪੰਜਾਬ ਪੁਲਿਸ ਦੇ ਸਸਪੈਂਡ ਆਈ ਜੀ ਪਰਮਰਾਜ ਸਿੰਘ ਉਮਰਾ ਨੰਗਲ ਮਾਮਲੇ ਵਿੱਚ ਅੱਜ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਣੀ ਹੈ। ਉਹਦੇ ਸੁਣਵਾਈ ਤੋਂ ਪਹਿਲਾਂ ਅੱਜ ਉਮਰਾ ਨੰਗਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ। ਦਰਅਸਲ ਅੱਜ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਹੋਵੇਗੀ, ਜਿਸ ਵਿੱਚ ਸਰਕਾਰ ਨੇ ਉਮਰਾ ਨੰਗਲ ਦੀ ਬਲੈਕਟ ਬੈਨ ਨੂੰ ਚੁਣੌਤੀ ਦਿੱਤੀ ਹੈ। ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ ਪਰਿਵਾਰ ਵੱਲੋਂ। ਪਰਸੋਂ ਰੂਪ ਤੋਂ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਠ ਰਖਾਏ ਗਏ ਸੀ, ਉਹਨਾਂ ਦਾ ਅੱਜ ਭੋਗ ਪਿਆ। ਹਮੇਸ਼ਾ ਕਿਉਂਕਿ ਮੇਰਾ ਜ਼ਿਲ੍ਹਾ ਅੰਮ੍ਰਿਤਸਰ ਹੈ, ਮੈਂ ਤਾਂ ਜਦੋਂ ਵੀ ਪਿੰਡ ਆਉਣਾ ਇੱਥੇ ਗੁਰੂ ਘਰ ਦੇ ਦਰਸ਼ਨ ਕਰਨ ਆਈਦਾ ਹੀ ਹੈ ਜੀ। ਅੱਜ ਵੀ ਉਸੇ ਕੜੀ 'ਚ ਮੱਥਾ ਹੀ ਟੇਕਣਾ ਹੈ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ। ਕੀ ਲੱਗਦਾ ਜੀ ਕਿ ਜਸਟਿਸ ਮਿਲੇਗਾ, ਜੋ ਵੀ ਇਲਜ਼ਾਮ ਲੱਗ ਰਹੇ ਨੇ ਉਹ ਤੋਂ ਜਸਟਿਸ ਮਿਲਣ ਦੀ ਆਸ ਹੈਗੀ ਹੈ? ਕਿਉਂਕਿ ਬਿਲਕੁਲ ਜੀ ਜਸਟਿਸ ਹੀ ਮਿਲਿਆ, ਗੁਰੂ ਰਾਮਦਾਸ ਸਾਹਿਬ ਜਾਣੇ ਜਾਣੇ। सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को।